ਬੰਦਾ ਮਾਨਦਾਰ ਪਾਕਿਸਤਾਨ ਚ ਆਇਆ ਰੇ ਪਹਿਲਾ ਮਾਨਦਾਰ ਆਇਆ ਮੈਂ ਤਾਂ ਭੁੱਖੇ ਮਰਨ ਡਏ ਨਾ ਕਪੜੇ ਨਾ ਕੇ ਇੰਨੀ ਨਹੀਂ ਪਿੱਤ ਨਿਕਲੀ ਹੈ ਉਹਨਾਂ ਦੇ ਖਿਲਾਫ ਇਹਨੀਆਂ ਸਜ਼ਾਵਾਂ ਭੁਗਤਣ ਕਿਤੇ ਬਾਅਦ ਸਾਡੇ ਕਹਿ ਰਹੇ ਕਿ ਮਾੜੇ ਬੰਦੇ ਮਰ ਚਲੇ ਰੋਣ ਜੀ ਸਾਡੇ ਉੱਤੇ ਚਾੜ ਦਾ ਹੈ ਚਲੋ ਮਹਿੰਗਾਈ ਤੇ ਘੱਟ ਆ ਸਾਡੇ ਤਾਂ ਸਿਗੜ ਭੱਜ ਚਾੜੀਆਂ ਦੇ ਘਰ ਛੇੜ ਅੱਛਾ ਇਮਰਾਨ ਖਾਨ ਨੇ ਆਖੇ ਘਬਰਾਣਾ ਨਹੀਂ ਜਿਹੜੀ ਮਹਿੰਗਾਈ ਹੋਈ ਘਬਰਾਏ ਹੋ ਕਿ ਨਹੀਂ ਕੌਣ ਤੁਸੀਂ ਸਾਡਾ ਸਾਹ ਨਾ ਸਾਹ ਨਹੀਂ ਰਲਦਾ ਪਿਆ ਘਬਰਾਉਣ ਦੀ ਬੜੀ ਦੂਰ ਦੀ ਗੱਲ ਹੈ ਅੱਛਾ ਕਿਉਂ ਹਰ ਸ਼ਾਇ ਮਹਿੰਗੀ ਹੋ ਗਈ ਹੈ ਲੇਕਿਨ ਉਹ ਤਾਂ ਕਹਿ ਰਿਹਾ ਕਿ ਮੈਂ ਕਰਜ਼ੇ ਲਾ ਰਿਹਾ ਵਾਂ ਤੁਹਾਡੇ ਕਿਹੜੇ ਕਰਜ਼ੇ ਲੈਂਦੇ ਨੇ ਥੋੜਾ ਜਿਹਾ ਤੇ ਇਨਸ਼ਾਅੱਲਾ ਤਾਲਾ ਤੁਸੀਂ ਖੁਸ਼ ਹੋਵੋਗੇ ਉਹ ਖੰਡ ਜੀ ਆ ਜਾਂ ਕੀ ਤਰੀਨ ਦੀ ਵਿਕਦੀ ਵੀ ਲੋਕਾਂ ਦਾ ਕੀ ਵਿਕਦਾ ਪਿਆ ਕਿ ਨਹੀਂ ਇਹਨਾਂ ਦੀ ਵੀ 26 ਮਿਲਾਂ ਇਹਨਾਂ ਦੀਆਂ ਕਿੰਨਾਂ ਦੀਆਂ ਉਹ ਤੇ ਅੰਦਰ ਨੇ ਪਰ ਫਾਇਦਾ ਤੇ ਹੈ ਨਾ ਮਿਲਾਂ ਤੇ ਜਾਂ ਕੀ ਤਰੀਨ ਨੂੰ ਲੋਕਾਂ ਨੂੰ ਕਾਦਾ ਮਿਲਾਂ ਬੰਦ ਪਈਆਂ ਨੇ ਉਹਨਾਂ ਦੀਆਂ ਨਾ ਇੰਜ ਕਾਦਾ ਕਰਨੇ ਆ ਵੇ ਪੂਰਾ ਇੰਟਰਵਿਊ ਲਓ ਮਜ਼ਦੂਰ ਸਾਡੇ ਨੱਸ ਗਏ ਨੇ ਲੋਕਾਂ ਨੂੰ ਕੋਈ ਲੱਭਦੀ ਕੋਈ ਸ਼ੈ ਨਹੀਂ ਪਏ ਇਹ 5 ਸਾਲ ਦੇ ਵਿੱਚ ਇਨਸ਼ਾਅੱਲਾ ਅੱਲਾ ਨੇ ਕਰਮ ਕੀਤਾ ਪਾਕਿਸਤਾਨ ਤੇ ਖੁਸ਼ਹਾਲੀ ਆਉਣੀ ਹੈ ਵਕਤੀ ਮੁਲਕ ਥੋੜਾ ਲਾ ਟੈਟ ਹੋਏ ਨੇ ਮੁਲਕ ਆਂਦਾ ਕਿ ਇਸ ਤਰ੍ਹਾਂ ਹੋ ਗਿਆ ਉਂਝ ਹੋ ਗਿਆ ਇਹ ਮਜਬੂਰੀ ਹੈ ਇਮਰਾਨ ਖਾਨ ਦੀ ਮਜਬੂਰੀ ਹੈ ਇਹ ਮਹਿੰਗਾਈ ਇਨਸ਼ਾਅੱਲਾ ਡਿੱਗੇਗੀ ਮੁਲਕ ਤੇ ਖੁਸ਼ਹਾਲੀ ਹੋਏਦੀ ਇਹ ਮੁਲਕ ਤੇ ਫੈਕਟਰੀਆਂ ਇੰਡਸਟਰੀਆਂ ਲੱਗਣ ਦੀਆਂ ਇਹ ਸਾਰੇ ਕੰਮ ਹੋ ਜਾਣ ਦੇ ਖੈਰ ਮੀਆਂ ਸਾਹਿਬ ਜ਼ਰਦਾਰੀ ਸਾਹਿਬ ਇੱਧਰ ਖਿਆਲ ਰੱਖ ਇਨਸ਼ਾਅੱਲਾ ਅੱਲਾ ਦੇ ਫਜ਼ਲੋ ਕਰਮ ਨਾਲ ਬੰਦਾ ਮਾਨਦਾਰ ਪਾਕਿਸਤਾਨ 'ਚ ਆਇਆ ਰੇ ਪਹਿਲਾ ਮਾਨਦਾਰ ਆਇਆ ਇਹ ਬਾਬੇ ਕਾਦੇ ਆਰਮ ਤੋਂ ਬੰਦਾ ਪਹਿਲਾ ਲੱਭਿਆ ਪਾਕਿਸਤਾਨ ਨੂੰ ਇੱਕ ਕਾਬਲ ਅੱਛਾ ਬੰਦਾ ਇਸ ਆਪਣੇ ਸਹੁਰੇ ਨੂੰ ਇਹਨੇ ਸਾਰੀ ਦੌਲਤ ਠਕਰਾ ਰਹੀ ਸੀ ਬਰਤਾਨੀਆ ਦੇ ਵਿੱਚ ਲੋਕੋ ਖਿਆਲ ਕਰੋ ਥੋੜ੍ਹਾ ਬਹੁਤਾ ਲੋਕੋ ਖਿਆਲ ਕਰੋ 92 'ਚ ਇਹਨੇ ਲਿਆਂਦਾ ਸੀ ਕੱਪ ਉਦੋਂ ਬਾਅਦ ਪਾਕਿਸਤਾਨ ਨੇ ਕੱਪ ਕੋਈ ਨਹੀਂ ਲਿਆਂਦਾ 92 ਕਿੱਥੇ ਤੇ ਹੁਣ ਕਿੱਥੇ 18-19 ਬਣੀ ਹੈ ਤੇ ਕੱਪ ਕਿਸੇ ਨਹੀਂ ਕੋਈ ਮਾਂ ਜੰਮਿਆ ਤੇ ਇਹਨੇ ਲਿਆਂਦਾ ਸੀ ਇਮਰਾਨ ਖਾਨ ਨੇ ਕੱਪ ਲਿਆਂਦਾ ਸੀ ਉਦੋਂ ਵੀ ਹੀਰੋ ਸੀ ਜਦੋਂ 92 'ਚ ਇਹਨੇ ਕੱਪ ਲਿਆਂਦਾ ਸੀ ਤੇ ਹੁਣ ਵੀ ਹੀਰੋ ਬਣਿਆ ਤੇ ਇਨਸ਼ਾਅੱਲਾ ਇਨਸ਼ਾਅੱਲਾ ਸਾਡੀਆਂ ਤਾਕਤਾਂ ਨਾਲ ਨੇ ਸਾਰੀਆਂ ਗਰੀਬਾਂ ਲੋਕਾਂ ਦੀਆਂ ਅਮੀਰ ਲੋਕ ਜਿੱਥੇ ਮਰਜ਼ੀ ਲੱਗ ਜਾਣ ਚਾਰਾ ਕਰਨ ਪੇ ਜਾ ਕੇ ਉਹ ਜਰੂਰ ਗਰੀਬਾਂ ਬਾਦ ਦੀਆਂ ਦੋਵਾਂ ਇਮਰਾਨ ਖਾਨ ਦੇ ਨਾਲ ਨੇ ਜਿਹੜੀ ਇੰਨੀਆਂ ਦੋਵਾਂ ਇਕੱਠੀਆਂ ਹੋ ਕੇ ਲੱਭਣ ਇੱਕ ਬੰਦੇ ਪ੍ਰੈਜ਼ੀਡੈਂਟ ਨੂੰ ਉਹਨੂੰ ਕਿਸੇ ਸ਼ਹਿਰੀ ਕਮੀ ਕੋ ਨਹੀਂ ਅਸੀਂ ਬੜੇ ਖੁਸ਼ ਹਾਂ ਅਸੀਂ ਜ਼ਿਮੀਦਾਰ ਹਾਂ ਅਸੀਂ ਡੇਰੇ ਤੋਂ ਬੋਲਣ ਡੇ ਹਾਂ ਲਿਆਕਤ ਚੀਮਾ ਮੇਰਾ ਨਾਂ ਹੈ ਲੰਬੜਦਾਰ ਹਾਂ ਵੈਰੋਵਾਲ ਦਾ ਪਹਿਲਾਂ ਜਿਸ ਬੰਦੇ ਨੇ ਤਕਰੀਰ ਇੰਗਲਿਸ਼ 'ਚ ਕੀਤੀ ਹੈ ਮੇਰਾ ਕਜ਼ਨ ਚਾਚਾਦਾਰ ਭਾਈ ਹੈ ਅਸੀਂ ਲੰਬੜ ਬਰਾਜ ਨਾਲ ਤਲਕ ਰੱਖਣੇ ਹਾਂ ਅਸੀਂ ਜਿਹੜਾ ਜਿਹੜਾ ਬੰਦਾ ਸੁਣਦਾ ਬਿਸ਼ੱਕ ਲਾਊਡ ਲਾ ਕੇ ਸੋਹਣੇ ਸਾਡੀਆਂ ਗੱਲਾਂ ਸਾਰੀਆਂ ਤੇ ਇਨਸ਼ਾਅੱਲਾ ਅੱਲਾ ਦੇ ਫਜ਼ਲ ਕਰਮ ਨਾਲ ਕੰਮ ਸਹੀ ਹੋ ਜਾਏਗਾ ਥੋੜ੍ਹਾ ਟਾਈਮ ਲੱਗਣਾ ਅਸੀਂ ਵੈਰੋਵਾ ਦੇ ਹੈੱਡ ਲੰਬੜਦਾਰ ਹਾਂ ਕੋਈ ਫੁੱਦੂ ਪਸਿੰਚਰ ਬੰਦੇ ਨਹੀਂ ਹਰ ਬੰਦਾ ਗੱਲਾਂ ਡਰਦਿਆਂ ਨਹੀਂ ਕਰਦਾ ਗੱਲ ਕਰਨੀ ਔਖੀ ਹੈ ਬੜਾ ਪੈਂਦਾ ਔਖਾ ਹੈ ਗੱਲਾਂ ਨਾ ਕਰਿਓ ਜੇ ਇਹ ਮੀਡੀਆ ਚੜ੍ਹ ਜਾਣੀਆਂ ਨੱਟਾਂ ਚੜ੍ਹ ਜਾਣੀਆਂ ਲੋਕਾਂ ਸੁਣਨੀਆਂ ਲੋਕਾਂ ਡਰਦੇ ਹੋ ਡਰਨਾ ਕਰਾ ਜੇ ਇਹ ਜਦੋਂ ਮੌਤ ਆਉਣੀ ਇੱਕੋ ਵਾਰੀ ਆ ਜਾਣਾ ਮਰ ਜਾਣਾ ਦੁਨੀਆਂ ਨੇ ਕੋਈ ਫੇਰਾ ਕੋਈ ਗੱਲ ਨਹੀਂ ਅੱਲਾ ਵਾਰਸ ਹੈ ਨਵਾਜ਼ ਸ਼ਰੀਫ ਹੈ ਉਹਦੀ ਮਰੀਅਮ ਕੁੜੀ ਹੈ ਇੱਕ ਜੂਜੀ ਕੁੜੀ ਹੈ ਇਹ ਸਾਰੇ ਚਾਰਾ ਪੇ ਕਰਨ ਕੋਈ ਨਹੀਂ ਹੋਣਾ ਇਹ ਸਾਰੀਆਂ ਬਲਖਾਂ ਨੇ ਇਹ ਆਰਮੀ ਚੀਫ ਇਨਸ਼ਾਅੱਲਾ ਅਸੀਂ ਦੁਆਵਾਂ ਦੇਣੇ ਆ ਇਹੋ ਜਿਹਾ ਅੱਛਾ ਬੰਦਾ ਲੱਭੇ ਪਿਛਲਾ ਜੱਜ ਰਹਿ ਗਿਆ ਸਾਕਬ ਅਨਸਾਰ ਉਸ ਤੋਂ ਬਾਅਦ ਖੋਸਾ ਸਾਹਿਬ ਆਏ ਨੇ ਅੱਲਾ ਦੁਆ ਕਰੋ ਕਿ ਇਹੋ ਜਿਹੇ ਇਮਰਾਨ ਖਾਨ ਨੂੰ ਅੱਛੇ ਅਫਸਰ ਲੱਭਣ ਤੇ ਦੁਆਵਾਂ ਨਾਲ ਅੱਲਾ ਰਹਿਮਤ ਕਰਨੀ ਕਰਮ ਕਰਨਾ ਇਨਸ਼ਾਅੱਲਾ ਇਹ ਨੂਨ ਲੀਗ ਵਾਲਿਓ ਚਾਰਾ ਕਰ ਲਓ ਜਿੰਨਾ ਹੈ ਜੇ ਆਪਣਾ ਅੰਦਾਜ਼ ਕਰ ਲਓ ਕਰ ਨਾ ਕਾਲ ਦਾ ਜੇ ਇਨਸ਼ਾਅੱਲਾ ਕੋਈ ਭਾਰ ਨਹੀਂ ਇਮਰਾਨ ਖਾਨ ਨੂੰ ਇਹ ਜਿਹੜੇ ਜਿਹੜੇ ਦੁਬਈ ਇਹ ਜਰਮਨ ਹਾਲੈਂਡ ਬੈਲਜੀਅਮ ਫਰਾਂਸ ਜਿੱਥੇ ਗੱਲਾਂ ਜਾਣੀਆਂ ਨੇ ਇਹ ਸਾਰੇ ਲੋਕ ਸੁਣਨ ਪਏ ਬਿਸ਼ੱਕ ਇਨਸ਼ਾਅੱਲਾ ਅਸੀਂ ਇਮਰਾਨ ਖਾਨ ਦੇ ਨਾਲ ਹਾਂ ਇਨਸ਼ਾਅੱਲਾ ਅੱਲਾ ਕਰਮ ਕਰੇਗਾ ਇਨਸ਼ਾਅੱਲਾ ਕੋਈ ਫਿਕਰ ਨਹੀਂ ਘੁੰਮਣ ਨੂੰ ਚਾਹੀਦਾ ਆਵਾਮ ਦਾ ਵੀ ਕੋਈ ਸੋਚਣਾ ਸਹੀ ਹੁਣ ਨਿੱਕੇ ਨਿੱਕੇ ਬਾਲ ਬੱਚਾ ਲੋਕਾਂ ਦਾ ਭੁੱਖਾ ਪਿਆ ਮਰਦਾ ਕਰ ਜੀ ਜੀ ਨਾ ਗੈਸ ਹੁੰਦੀ ਹੈ ਵੀ ਨਾ ਉੱਥੇ ਕੋਈ ਲਾਈਟ ਹੁੰਦੀ ਹੈ ਹਾਂਜੀ ਇਹ ਕੋਈ ਸਹੂਲਤ ਨਹੀਂ ਨਾ ਸਹੀ ਇਹ ਚੰਗੀ ਨਹੀਂ ਉਹ ਘੁੰਮਦ ਆਈ ਇਹ ਵਾਮ ਫਿਰ ਜੇ ਚੰਗਾ ਕਰਨ ਤੇ ਗਰੀਬਾਂ ਦੇ ਜਾਣੇ ਪੜ ਕੇ ਨਾਲਾ ਰੋਡ ਜਾਣ ਤੇ ਘੁੰਮਣ ਪਏ ਕਰਨ ਉੱਥੇ ਬੈਗ ਨਹੀਂ ਸਰਾਸਰ ਜ਼ਿਆਦਤੀ ਹੋਣੀ ਹੈ ਨਾ ਜਾਣੇ ਰੋਡ ਨਾ ਜੋ ਭੁੱਖੇ ਮਰਨ ਡਏ ਨਾ ਕੱਪੜੇ ਨਾ ਕੇ ਇੰਨੀ ਇੰਨੀ ਪਿੱਤ ਨਿਕਲੀ ਹੈ ਅੱਜ ਕਿੰਨਾ 14-15 ਦਿਨ ਹੋ ਗਿਆ ਲਾਈਟ ਹੀ ਨਹੀਂ ਆਉਂਦੀ ਸਹੀ ਇੱਥੇ ਹਾਂਜੀ ਸਹੀ ਚਲੋ ਅੱਲਾ ਪਾਕ ਹਦਾਇਤ ਦੇਵੇ ਇਹਨਾਂ ਨੂੰ ਅੱਛਾ ਜਿਹੜੀ ਇਹ ਮਹਿੰਗਾਈ ਕੀਤੀ ਹੈ ਉਹ ਸਹੀ ਹੈ ਕਿ ਨਹੀਂ ਨਹੀਂ ਮਹਿੰਗਾਈ ਵੀ ਸਹੀ ਨਹੀਂ ਹੈ ਦੁਪਿਸ਼ਾ ਜਿਹੜਾ ਵੀ ਆਇਆ ਉਹ ਮਹਿੰਗਾਈ ਕਰਦਾ ਰਿਹਾ ਉਹ ਹੀ ਖਾਂਦਾ ਰਿਹਾ ਆਵਾਮ ਦੇ ਉੱਤੇ ਸੁੱਟਦੇ ਰਹੇ ਨੇ ਆਵਾਮ ਦੇ ਉੱਤੇ ਸੁੱਟਦੇ ਨੇ ਹੁਣ ਕਿੰਨਾ ਕਿੰਨਾ ਬਿੱਲ ਆਉਂਦਾ ਪਿਆ ਕਿੱਥੋਂ ਲੋਕ ਦੇਣ ਡੰਗਰ ਵੇਚਣ ਜਾਂ ਹਰ ਬੰਦਾ ਹੀ ਵਾਧੂ ਹੀ ਦਿੰਦਾ ਪਿਆ ਚਲੋ
ਚਲੋ ਅੱਲਾ ਪਾਕ ਬੋਰੀਆਂ ਨੇ ਬੋਰੀਆਂ ਪਏ ਖਾਣ ਪੈ ਗਏ ਅਗਰ ਡਾਲਰ ਦਾ ਪੁਜਾਰੀ ਹੁੰਦਾ ਇਮਰਾਨ ਖਾਨ ਤੇ ਜਿੰਨੀ ਕਿ ਉਹਨੂੰ ਆਪਣਾ ਜਾਨ ਗੋਲਸਮਿਤ ਸਹੁਰੇ ਕੋਲ ਰਕਮ ਵੀ ਮਿਲਦੀ ਸੀ ਇਹਨੂੰ ਜ਼ਿੰਦਗੀ ਇਹਨੂੰ ਸਿਆਸੀ ਆਉਣ ਦੀ ਲੋੜ ਕਾਹਦੀ ਸੀ ਇਹਨੇ ਆਖਿਆ ਮੈਨੂੰ ਨਹੀਂ ਚਾਹੀਦੇ ਪੈਸੇ ਜੱਜ ਵੀ ਕਿਹਾ ਕਿ ਐਡਾ ਅੱਛਾ ਜਿਹੜਾ ਖਾਵਾਂ ਤੇ ਅਜਮਾਇਮਾ ਕਿਉਂ ਛੱਡ ਉਹਨੇ ਆਖਿਆ ਮੁਲਕੀ ਸਿਆਸਤ ਵਾਸਤੇ ਪਿਆ ਇਸ ਤਰ੍ਹਾਂ ਕਰਦਾ ਇਹਨੇ ਨਹੀਂ ਮੇਰੇ ਕੋਲ ਰਹਿਣਾ ਅਤੇ ਉਹਨੇ ਔਲਾਦ ਵੀ ਠੁਕਰਾ ਛੱਡ 30 ਸਾਲ ਉਹਨਾਂ ਦੀ ਹਕੂਮਤਾਂ 'ਚ ਵੇਖੀਆਂ ਜ਼ਰਦਾਰੀ ਅਤੇ ਮੁਸ਼ਰਫ ਦੀ ਇਹਦੀ ਵੀ 2 ਸਾਲ ਵੇਖੋ ਕੁਝ ਨਹੀਂ ਹੁੰਦਾ ਪਤਾ ਨਹੀਂ ਰੋਜ਼ੇ ਰੱਖਣੇ ਭੁੱਖੇ ਮਾਨੇ ਫਿਰ ਬਾਅਦ ਚੱਲਾ ਤਾਰਾ ਈਦ ਵਖਾਉਂਦਾ ਇਹ ਵੀ ਤੁਹਾਨੂੰ ਅੱਲਾ ਕੀਤਾ ਅਤੇ ਥੋੜ੍ਹੇ ਅਰਸਾ ਤੋਂ ਬਾਅਦ ਦੂਸਰਾ ਲੱਭਾ ਤੈਨੂੰ ਅੱਲਾ ਖੁਸ਼ਹਾਲੀ ਦੇਵੇਗਾ ਤੁਸੀਂ ਭੁੱਲ ਜਾਵੋਗੇ ਪੂਰਾ ਹੀ ਹੋਰ ਲਾਇਆ ਹੁਣ ਇਮਰਾਨ ਹਾਂ ਹੀ ਆ ਜੇ ਸਾਡਾ ਕੋਈ ਸੋਚੇ ਤਾਂ ਅੱਛਾ ਜਿਹੜੀ ਉਹਨੇ ਮਹਿੰਗਾਈ ਕੀਤੀ ਠੀਕ ਕੀਤੀ ਕਿ ਨਹੀਂ ਮਹਿੰਗਾਈ ਠੀਕ ਵੀ ਹੈ ਅਤੇ ਨਹੀਂ ਵੀ ਹੁਣ ਕੀ ਕਰੀਏ ਫਿਰ ਕਿੱਥੇ ਠੀਕ ਹੈ ਕਿੱਥੇ ਨਹੀਂ ਠੀਕ ਠੀਕ ਹੈ ਜੀ ਇੱਕ ਗਰੀਬ ਬੰਦੇ ਵਾਸਤੇ ਤਾਂ ਮੁਸ਼ਕਲ ਹੋ ਗਈ ਹੈ ਜੀ ਅੱਛਾ ਠੀਕ ਹੈ ਬਾਹਰ ਐਵਰੀ ਡੱਬਾ ਲਏ ਇਹਨਾਂ ਨੂੰ ਤਾਂ ਕੋਈ ਟੈਨਸ਼ਨ ਨਹੀਂ ਹੈ ਅਤੇ ਜਿਹਨਾਂ ਦੇ ਰੱਖੇ ਨੇ ਮਾਣ ਲੋਕਾਂ ਦੇ ਜਿਹਨਾਂ 5 ਜਾਣਿਆਂ ਨੂੰ ਟੁਕਰ ਘੁਮਾ ਖਵਾਉਣਾ ਉਹਨਾਂ ਤੋਂ ਟੈਨਸ਼ਨ ਹੀ ਟੈਨਸ਼ਨ ਸ਼ੇਰ ਸ਼ੇਰ ਨਵਾਜ਼ ਸ਼ਰੀਫ ਜ਼ਿੰਦਾਬਾਦ ਚੇਅਰਮੈਨ ਜ਼ਿੰਦਾਬਾਦ ਜਿਹੜਾ ਨਾ ਵਾਅਦੇ ਕੀਤੇ ਨੇ ਪੂਰੇ ਕੀਤੇ ਨੇ ਚੇਅਰਮੈਨ ਨੇ ਇਲੈਕਸ਼ਨਾਂ ਤੋਂ ਖਲੋਣ ਤੋਂ ਪਹਿਲਾਂ ਜਿਹੜੇ ਵਾਅਦੇ ਆਵਾਮ ਨਾਲ ਕੀਤੇ ਨੇ ਇਮਰਾਨ ਚੇਅਰਮੈਨ ਨੇ ਪੂਰੇ ਕੀਤੇ ਨੇ ਸ਼ੇਰ ਨੇ ਪੂਰੇ ਬੰਨ ਕੇ ਕੀਤੇ ਨੇ ਅੱਗੋਂ ਵੀ ਇਨਸ਼ਾਅੱਲਾ ਕਰੇਗਾ ਉਹ ਜੋ ਵੀ ਕਰ ਰਿਹਾ ਸਾਡੇ ਮੁਲਕ ਦੀ ਬਿਹਤਰੀ ਵਾਸਤੇ ਕਰ ਰਿਹਾ ਸਾਨੂੰ ਬਿਲਕੁਲ ਯਕੀਨ ਹੈ ਕਿ ਉਹ ਸਾਡੇ ਮੁਲਕ ਦੀ ਬਿਹਤਰੀ ਵਾਸਤੇ ਕਰੇਗਾ ਅਸੀਂ ਹਰ ਦਮ ਤਿਆਰ ਹਾਂ ਉਹ ਕੌਮਾਂ ਹਮੇਸ਼ਾ ਤਰੱਕੀ ਕਰਦੀਆਂ ਨੇ ਜਿਹੜੀਆਂ ਆਪਣੇ ਮੁਲਕ ਵਾਸਤੇ ਆਪਣੀ ਕੌਮ ਵਾਸਤੇ ਜਾਨ ਵੀ ਕੁਰਬਾਨ ਕਰਦੀਆਂ ਨੇ ਔਰ ਮਿਹਨਤ ਕਰਦੀਆਂ ਨੇ ਔਰ ਅਸੀਂ ਮਿਹਨਤ ਕਰਾਂਗੇ ਇਨਸ਼ਾਅੱਲਾ ਔਰ ਅਸੀਂ ਕਾਮਯਾਬ ਹੋਵਾਂਗੇ ਠੀਕ ਹੈ ਅਤੇ ਅਗਰ ਬਜ਼ੁਰਗੋ ਮਜ਼ੀਦ ਉਹਨੂੰ ਅਗਰ ਅੱਲਾ ਨਾ ਕਰੇ ਫਿਰ ਵੀ ਹਾਲਾਤ ਨਹੀਂ ਇੱਕ ਜੈਸੇ ਰਹਿੰਦੇ ਮਜ਼ੀਦ ਉਹਨਾਂ ਨੂੰ ਮਹਿੰਗਾਈ ਕਰਨੀ ਪਈ ਫਿਰ ਕੋਈ ਗੱਲ ਨਹੀਂ ਬਰਦਾਸ਼ਤ ਕਰਾਂਗੇ ਬਰਦਾਸ਼ਤ ਕਰੋਗੇ ਵੈਸੇ ਮੇਰੇ ਖਿਆਲ ਤਾਂ ਕੋਈ ਮਹਿੰਗਾਈ ਨਜ਼ਰ ਨਹੀਂ ਆਉਂਦੀ ਸਾਨੂੰ ਤਾਂ ਕੋਈ ਇੱਕ ਟਾਈਮ ਤਾਂ ਸਾਡਾ ਜਨਰਲ ਜਿਆਦ ਸਾਹਿਬ ਕੇ ਟਾਈਮ ਮੈਂ ਬਹੁਤ ਮਹਿੰਗਾਈ ਸੀ ਟਮਾਟਰ ਉਹਨਾਂ ਨੇ ਕਿਹਾ ਕਿ ਆਪ ਟਮਾਟਰ ਨਾ ਇਸਤੇਮਾਲ ਕਰੇ ਆਪ ਦਹੀਂ ਇਸਤੇਮਾਲ ਕਰ ਲਿਆ ਕਰੇ ਜਾਂ ਆਪਣੇ ਆਪਣੇ ਘਰੋਂ ਮੈਂ ਇੱਕ ਗਮਲਾ 2 ਗਮਲੇ ਲਗਾ ਲਏ ਤਾਂ ਟਮਾਟਰ ਹੋ ਜਾਏਗੀ ਮਿਰਚੇ ਹੋ ਜਾਏਗੀ ਤੋ ਇਹ ਬਿਹਤਰੀਨ ਤਰੀਕਾ ਹੋਤਾ ਹੈ ਯੇ ਕੌਮ ਜੋ ਹੈ ਨਾ ਕਾ ਇਸਕੋ ਜ਼ਰੂਰਤ ਹੈ ਕਾਮ ਕਰਨੇ ਕੀ ਔਰ ਇਨਸ਼ਾਅੱਲਾ ਕਰੇਗੀ ਆਹਿਸਤਾ ਆਹਿਸਤਾ ਅਵੇਅਰਨੈਸ ਹੋ ਰਹੀ ਹੈ ਕੁਛ ਲੋਕ ਹੈ ਜੋ ਸ਼ਰ ਪਸੰਦ ਹੈ ਉਹ ਹਕੂਮਤ ਕੋ ਡਾਊਨ ਕਰਨੇ ਕੇ ਲੀਏ ਕਰਤੇ ਹੈ ਐਸੀ ਬਾਤਾਂ ਮਹਿੰਗਾਈ ਹੋ ਗਈ ਯੇ ਹੋ ਗਿਆ ਫਲਾਂ ਹੋ ਗਿਆ ਘਬਰਾਏ ਹੈ ਔਰ ਕੀ ਹੈ ਅੱਛਾ ਏਡੀ ਮਹਿੰਗਾਈ ਮੁਸ਼ਕਲ ਅੱਗੇ ਵੀ ਅਸੀਂ ਗੱਲਾਂ ਕਰਨੇ ਆ ਮਹਿੰਗਾਈ ਤੇ ਇਹਨੇ ਅਲੱਗ ਤਰੋੜ ਛੱਡਿਆ ਨਾ ਹੁਣ ਜਾਂ ਤੇ ਇਹ ਵੀ ਆਵੇ ਨਾ ਗਰੀਬ ਵਾਲੀ ਸੀਟ ਦੇ ਉੱਤੇ ਭੈਣ ਕੀਤੀ ਹੋਰ ਕੀ ਕੀਤਾ ਕਿਸੇ ਦੀ ਵਜ੍ਹਾ ਤੋਂ ਉਹਨੇ ਖੁਦ ਹੀ ਕੀਤੀ ਉਹਨੇ ਖੁਦ ਹੀ ਕੀਤੀ ਇਮਰਾਨ ਨੇ ਪਿਛਲੀ ਹਕੂਮਤਾਂ ਨੇ ਜਿਹੜੇ ਸਾਡੇ ਕਰਜ਼ ਚੜਾਇਆ ਓਹੋ ਮੇਰੀ ਸੁਣੋ ਗੱਲ ਕਿ ਪ੍ਰੈਜ਼ੀਡੈਂਟ ਤੇ ਉਹ ਹੁੰਦਾ ਕਿ ਜਿਹੜਾ ਆਵਾਮ ਨੂੰ ਖੁਸ਼ਹਾਲ ਰੱਖੇ ਅੱਛਾ ਕੀ ਖਿਆਲ ਹੈ ਠੀਕ ਹੈ ਉਹ ਬਸ ਤੁਹਾਡੇ ਮੇਰਾ ਤੁਸੀਂ 2 ਬੰਦੇ ਜਿਹੜਾ ਨਵਾਜ਼ ਸ਼ਰੀਫ ਦੇ ਖਿਆਲ ਪਏ ਹੋ ਤੁਹਾਨੂੰ ਕੀ ਲੱਭੇ ਨਹੀਂ ਹਰ ਟਾਈਮ ਤੁਸੀਂ ਮੂੰਹ ਜੋੜੇ ਹੋ ਨਵਾਜ਼ ਸ਼ਰੀਫ ਤੇ ਮਰੇ ਸਾਡੇ ਵੱਲੋਂ ਨਵਾਜ਼ ਸ਼ਰੀਫ ਪਰ ਇਹ ਕੁੜੀ ਆਇਆ ਚੰਗਾ ਆਇਆ ਜੇ ਜਿਹਨੇ ਮਹਿੰਗਾਈ ਕੀਤੀ ਹੈ ਮਾੜੇ ਬੰਦੇ ਮਰ ਚੱਲੇ ਨੇ ਉਂਝ ਬਿਜਲੀ ਬੰਦ ਹੈ ਵੱਡੇ ਹੋਏ ਦੀ ਨਾ ਕੋਈ ਇੱਥੇ ਕੋਈ ਹਾਲ ਹੈ 130 ਰੁਪਈਏ ਲੀਟਰ ਡੀਜ਼ਲ ਹੈ ਕਿੱਥੋਂ ਇਨਕਮੇ ਨਹੀਂ ਆਵੇ ਆਈ ਜੇ ਸਮਝ ਬੰਦਾ ਉਹ ਹੋਵੇ ਉਹ ਜਿਸ ਤਰ੍ਹਾਂ ਦੇ ਵੀ ਆਇਆ ਹਨ ਚੋਰ ਸਨ ਚਲੱਕੇ ਹਨ ਆਵਾਮ ਨੂੰ ਉਹਨਾਂ ਖੁਸ਼ਹਾਲ ਰੱਖਿਆ ਸੀ ਆਵਾਮ ਖੁਸ਼ਹਾਲ ਸੀ ਭਾਵੇਂ ਉਹ ਕਰਜ਼ਾ ਲੈਂਦੇ ਹਨ ਭਾਵੇਂ ਠੱਗੀ ਮਾਰਦੇ ਹਨ ਚੋਰੀ ਕਰਦੇ ਹਨ ਆਵਾਮ ਉਹਨਾਂ ਤੋਂ ਖੁਸ਼ ਸੀ ਇਹਨੇ ਜਿਹੜੀ ਮਹਿੰਗਾਈ ਕੀਤੀ ਹੈ ਨਾ ਇੱਥੋਂ ਕੰਟੇਨਰ 'ਤੇ ਚੜ੍ਹ ਕੇ ਆਉਂਦਾ ਸੀ ਮੈਂ ਇੰਝ ਕਰਾਂਗਾ ਤਾਂ ਇੰਝ ਕਰਾਂਗਾ ਤਾਂ ਹੁਣ ਮਰ ਗਿਆ ਨਾਲ ਹੀ ਹੁਣ ਆਵਾਮ ਨੂੰ ਮਾਰ ਛੱਡਿਆ ਹੁਣ ਨਾਲ ਹੀ ਅਤੇ ਕੀ ਕਰਨਾ ਚਾਹੀਦਾ ਜਿਹੜਾ ਕਿ ਸਹੀ ਹੋ ਜਾਏਗਾ ਤੁਸੀਂ ਖੁਸ਼ ਹੋ ਜਾਓਗੇ ਅਸੀਂ ਕਹਿੰਦੇ ਕਿ ਚੀਜ਼ਾਂ ਸਸਤੀਆਂ ਕਰੇ ਅੱਛਾ ਅਤੇ ਫਿਰ ਇਹਦੇ ਨਾਰੇ ਪਏ ਵੱਜਣ ਦੇ ਅੱਛਾ ਉਂਝ ਨਹੀਂ ਵੱਜਣੇ ਯਾਰ ਉਂਝ ਨਹੀਂ ਇਹਦੇ ਵੱਜਣੇ ਉਂਝ ਇਹ ਮਰ ਕੇ ਦਾ ਪੀਰੀਅਡ ਹੀ ਪੂਰਾ ਹੋਣਾ ਹਾਂ ਸਾਰੀ ਆਵਾਮ ਹੀ ਇਹ ਰੋਂਦੀ ਹੈ ਵੀ ਕਿੱਥੋਂ ਨੇ ਇੰਨੀ ਮਹਿੰਗਾਈ ਵੇਖੋ ਜੀ ਉਹ ਅਮੀਰ ਨੇ ਉਹਨਾਂ ਨੂੰ ਤਾਂ ਪਰਵਾਹ ਕੋਈ ਨਹੀਂ ਜਿਹੜਾ ਇੱਕ ਬੰਦਾ ਅਮੀਰ ਇੱਥੇ ਵੀ ਉਹਨੂੰ ਵੀ ਪਰਵਾਹ ਕੋਈ ਨਹੀਂ ਘਬਰਾਉਣਾ ਹੋਰ ਕੀ ਹੈ ਮਜ਼ਦੂਰਦਾਰ ਬੰਦੇ ਇਹਦੇ ਬਾਅਦ ਹੋਰ ਅੰਕੇ ਘਬਰਾਉਣਾ ਇੰਨੀ ਕੁ ਮਹਿੰਗਾਈ ਹੋ ਗਈ ਜਿੰਨਾ ਝੂਠ ਮਾਰਿਆ ਇਹ ਤੋਂ ਨਵਾਜ਼ ਸ਼ਰੀਫ ਚੰਗਾ ਸੀ
चलो जो कुछ भी है करते पर लांदा जो कुछ भी है करते है लांदा ही आ चढ़दा है साडे उते चढ़दा है चलो मंगाई ते घट सी ना मंगाई ते घट सी ना तो हुण ते इन्नी को मंगाई दार महीने ने महीने 10 दिन हिसाब ना 3 रुपया वद्द है यानी के करदे चढ़दे रहन मंगाई ना होवे बस हां वो पे ही होवे ओ ठीक है हां वाओ ठीक है करदे पे चल मंगाई ते ना होवे पिंडा जावा लोग ते सुकून ना रहन ਪਿੰਡਾ ਥਾਵਾਂ ਮੈਂ ਸਕੂਨ ਦਾ ਤੇ ਲੋਕ ਰਹਿਣ ਕੀ ਕਰੀਏ ਫਿਰ ਕਰਨਾ ਇਹ ਹੀ ਹੈ ਵੀ ਆ ਬਿੱਲ ਜਿਹੜੇ ਨੇ ਇਹ ਵੀ ਉੱਥੇ ਚੜੀ ਜਾਂਦੇ ਨੇ ਇਹ ਚੰਗੇ ਨਵੀਂ ਘੁੰਮਤ ਬਣਦੀ ਹੈ ਇਦੋਂ ਤਾਂ ਪੁਰਾਣੀ ਚੰਗੀ ਸੀ ਹਾਂਜੀ ਤੇ ਇਹਨਾਂ ਨੂੰ ਕੀ ਕਰਨਾ ਚਾਹੀਦਾ ਜਿਹੜੀ ਇਹ ਚੰਗੀ ਹੋਈ ਲਾ ਦੇਣਾ ਚਾਹੀਦਾ ਸਾਰਿਆਂ ਨੂੰ ਵੀ ਇਹਨਾਂ ਨੂੰ ਵਡਾ ਦੇਣਾ ਚਾਹੀਦਾ ਕਿਹੜੇ ਆਣੇ ਚਾਹੀਦੇ ਨੇ ਜਿਹੜੇ ਪਹਿਲਾਂ ਹਨ ਉਹ ਨਵਾਜ਼ ਸ਼ਰੀਫ ਕੇ ਹਾਂਜੀ ਉਹ ਤੇ ਹੁਣ ਅੰਦਰ ਜੇਲੇ ਨੇ ਉਹ ਕਹਿ ਜਾਂਦੇ ਉਹਨਾਂ ਨੇ ਖਾਦਾ ਹੀ ਬੜਾ ਜਿਆ ਉਹਦੇ ਚ ਕੇਸ ਤੇ ਉਹ ਇਹ ਜਿਹੜੇ ਹੁਣ ਆਏ ਨੇ ਇਹ ਨਹੀਂ ਖਾਂਦੇ ਫਿਰ फिर मुश्किल नहीं करदा सारे चढ़िया लथ जे कोई मुश्किल नहीं है कोई मुश्किल यानी कि अगर इमरान खान होर महंगाई करदे तुसीं घबराओगे तां नहीं ना लेकिन ये चीज है ना कि महंगाई तो होंगी 2 रुपए महंगाई तो होंगी 2 रुपए ताजर 10 रुपए बता देते फिर अगले का मसला ना है भी फिर होना चाहिए वे कमेटी बननी चाहिए है भी। इस चीज से कंट्रोल हो महंगाई मुश्किल नहीं सर ਭਾਈ ਜਾਨ ਵੇਖੋ ਗੱਲ ਇਮਰਾਨ ਸਾਹਿਬ ਨੇ ਕਿਹਾ ਸੀ ਕਿ ਇਸ ਤਰ੍ਹਾਂ ਹੋਏਗਾ ਪਹਿਲੇ ਨੰਬਰ 'ਤੇ ਝੂਠ ਉਹਨੇ ਮਾਰਿਆ ਕਰਜ਼ਾ ਨਹੀਂ ਲੈਣਾ ਉਹਨੇ ਕਰਜ਼ੇ ਲਏ ਸੀ ਠੀਕ ਹੈ ਉਸ ਤੋਂ ਬਾਅਦ ਸਾਡੇ ਇਸ ਇਲਾਕੇ ਦੇ ਵਿੱਚ ਯੂਨੀਅਨ ਕੌਂਸਲ ਦੇ ਵਿੱਚ ਗੈਸ ਜਿਹੜੀ ਬੜੇ ਚਿਰ ਤੋਂ ਡੱਕੀ ਗਈ ਸੀ ਠੀਕ ਹੈ ਛੇੜ ਦੀ ਹਕੂਮਤ ਆਈ ਉਹਨਾਂ ਵਾਅਦਾ ਜਿਹੜਾ ਕੀਤਾ ਪੂਰਾ ਕੀਤਾ ਗਲੀਆਂ ਨਾਲੇ ਵੇਖ ਲਓ ਜਾ ਕੇ ਬਿਲਕੁਲ ਸਾਫ਼ ਬਿਲਕੁਲ ਸਭ ਕੁਝ ਕਲੀਅਰ ਨਵਾਜ਼ ਸ਼ਰੀਫ ਨੇ ਕਰਾਏ ਆ ਇਹ ਤਬਦੀਲੀ ਹੈ ਤਬਦੀਲੀ ਚੰਗੀ ਆਈ ਹੈ ਵਜ਼ੂਰ ਦਾ ਬਦਨ 900 ਰੁਪਈਆ ਹੁਣ ਦਿਹਾੜੀ ਹੈ ਮਕਾਨ ਕੋਈ ਕਿਹੜਾ ਕੀ ਛੱਤੇ ਜਾਂ ਖਾਏ ਪੀਏ ਘਰ ਕੀ ਨਵਾਜ਼ ਸ਼ਰੀਫ ਸਾਹਿਬ ਹਨ ਤਾਜਰਾਨ ਉਹਨਾਂ ਨੂੰ ਪਤਾ ਹੀ ਮਹਿੰਗਾਈ ਕੀਤਾ ਜਾਂ ਕਾਰੋਬਾਰੀ ਲੋਕ ਸਨ ਉਹਨਾਂ ਨੂੰ ਪਤਾ ਹੀ ਇਹਨੂੰ ਨਾ ਕੋਈ ਪਤਾ ਇਹਨੇ ਕੀ ਕਰਨਾ ਮੁਲਕ ਦਾ ਕੱਖ ਨਹੀਂ ਕਰਨਾ ਸਹੀ ਤੇ ਚੱਲ ਠੀਕ ਹੈ ਜਿਹੜੀ ਗੱਲ ਜਿਹੜਾ ਉਹਨੇ ਖਾਧਾ ਉਹ ਉਹਨਾਂ ਖਾਧਾ ਕੋਈ ਨਹੀਂ ਸਬੂਤ ਹੋਇਆ ਨਹੀਂ ਨਵਾਜ਼ ਸ਼ਰੀਫ ਸਾਹਿਬ ਖਾਧਾ ਸਬੂਤ ਹੈ ਕਰਪਸ਼ਨ ਕਿਹਨੂੰ ਕਹਿੰਦੇ ਹੋ ਕਰਪਸ਼ਨ ਕਿਹਨੂੰ ਕਹਿੰਦੇ ਉਹਨਾਂ ਦੇ ਖਿਲਾਫ ਇੰਨੀਆਂ ਸਜ਼ਾਵਾਂ ਭੁਗਤਣ ਕਿਤੇ ਸਾਡੇ ਲੋਕਾਂ ਵਾਸਤੇ ਕਰਪਸ਼ਨ ਕਹਿੰਦੇ ਕਿਹਨੂੰ ਸਾਡੇ ਕਰਪਸ਼ਨ ਇਹ ਇੱਕ ਪਾਕਿਸਤਾਨ ਦਾ ਪੈਸਾ ਬਾਹਰ ਜਾਏ ਸਬੂਤ ਹੈ ਅਦਾਲਤਾਂ ਸਬੂਤ ਹੈ ਸਾਬਤ ਕਰ ਰਹੀ ਹੈ ਉਹਨੂੰ ਸਜ਼ਾ ਇਹ ਮੋਰੇ ਜਿਹੜਾ ਉਹਨੇ ਬਾਹਰ ਕਾਰੋਬਾਰ ਕੀਤਾ ਉਹਨੇ ਜਿਹੜੀ ਗੁੱਡੀਆਂ ਲੁੱਟੀਆਂ ਨੇ ਨਾ ਉਹਦੀ ਸਜ਼ਾ ਮਿਲ ਰਹੀ ਹੈ ਇਹ ਝੂਠ ਹੈ ਆ ਤੁਹਾਡੇ ਇਲਾਕੇ ਜਿੱਦੂ ਮਰਜ਼ੀ ਬੋਲੋ ਸਾਰਾ ਇੰਟਰਵਿਊ ਲੈ ਲਓ ਨਵਾਜ਼ ਸ਼ਰੀਫ ਨੇ ਬੰਨ ਕੇ ਕੰਮ ਕਰਵਾਏ ਨੇ ਅੱਛਾ ਇਮਰਾਨ ਖਾਨ ਨੇ ਕਿਹਾ ਸੀ ਕਿ ਘਬਰਾਣਾ ਨਹੀਂ ਮੈਂ ਮਹਿੰਗਾਈ ਕਰ ਰਿਹਾ ਅਸੀਂ ਨਾ ਕਿਸੇ ਬਨਵਾਨੇ ਘਬਰਾਣਾ ਤੇ ਨਾ ਘਬਰਾਏ ਆ ਜ਼ਾਤ ਰੱਬ ਦੀ ਜਿਸ ਪੈਦਾ ਕੀਤਾ ਰੋਟੀ ਉਹ ਦਿੰਦੀ ਹੈ ਭਾਈ ਇਹ ਨਾ ਦੇਣੀ ਤੇ ਨਾ ਅਸਾਂ ਇਹਨਾਂ ਕੋਲ ਲੈਣੀ ਹੈ ਨਹੀਂ ਕੋਈ ਨਹੀਂ ਘਬਰਾਏ ਅੱਛਾ ਖੁਸ਼ ਆ ਅਗਰ ਉਹ ਹੋਰ ਮਹਿੰਗਾਈ ਕਰ ਰਹੇ ਤੇ ਫਿਰ ਵੀ ਕੋਈ ਗੱਲ ਨਹੀਂ ਫਿਰ ਵੀ ਕੋਈ ਗੱਲ ਨਹੀਂ ਕਿਉਂ ਕਿਉਂਕਿ ਫੂਡ ਬਹੁਤ ਸਸਤਾ ਹੋ ਗਿਆ ਅੱਛਾ ਅਜੇ ਜਿਹੜਾ 200-300 ਰੁਪਏ ਕਿਲੋ ਆਲੂ ਬਖਾਰਾ ਸੀ ਹੁਣ 100 ਰੁਪਏ 80 ਰੁਪਏ 120 ਰੁਪਏ 100 ਰੁਪਏ ਹਾਂਜੀ ਹਾਂਜੀ ਅੰਬ 200-250 ਕਿਲੋ ਸੀ ਜਿਹੜਾ 100-170 ਆ ਗਿਆ ਹਾਂਜੀ ਸਹੀ ਗੱਲ ਹੈ ਲੇਕਿਨ ਸਿਰਫ ਲੋਕੀ ਕਹਿੰਦੇ ਨੇ ਫਰੂਟ ਵਗੈਰਾ ਤੇ ਨਹੀਂ ਖਾਣਾ ਦੂਜੀਆਂ ਚੀਜ਼ਾਂ ਜਿਹੜੀਆਂ ਨੇ ਸਾਡੇ ਇਸਤੇਮਾਲ ਦੇ ਵਿੱਚ ਨੇ ਉਹ ਮਹਿੰਗੀਆਂ ਹੋ ਗਈਆਂ ਉਹਨਾਂ ਦਾ ਟੈਕਸ ਲੱਗ ਗਿਆ ਤੇਲ ਵਗੈਰਾ ਹੋ ਗਿਆ ਅੱਛਾ ਜੀ ਜ਼ਿਮੀਂਦਾਰਾਂ ਦੇ ਚੌਲ ਮਹਿੰਗੇ ਹੋ ਗਏ ਤੇ ਸਾਡੀ ਮੁੰਜੀ ਮਹਿੰਗੀ ਹੋ ਗਈ ਹੈ ਅੱਛਾ ਤੁਹਾਨੂੰ ਫਾਇਦਾ ਹੋ ਗਿਆ ਸਾਨੂੰ ਫਾਇਦਾ ਹੋ ਗਿਆ ਅੱਛਾ ਤੇ ਖਾਦਾਂ ਵੀ ਤੇ ਮਹਿੰਗੀਆਂ ਹੋਈਆਂ ਕੋਈ ਗੱਲ ਨਹੀਂ ਮੁੰਜੀ ਬਹੁਤ ਮਹਿੰਗੀ ਹੈ ਘਬਰਾ ਹੁੰਦਾ ਵੀ ਹੈ ਤੇ ਨਹੀਂ ਵੀ ਹੁੰਦਾ ਨਹੀਂ ਹੁੰਦਾ ਹੁੰਦਾ ਕਦੋਂ ਹੈ ਤੇ ਨਹੀਂ ਹੁੰਦਾ ਕਦੋਂ ਹੈ ਆ ਸਾਡੇ ਤਾਂ ਸਿਗੜ ਭਾਂਜੋ ਚਾਲੀਆਂ ਤੇ ਘਰ ਛੇੜੋ ਸਾਡੇ ਅੱਛਾ ਘਬਰਾ ਆਈ ਅੱਛਾ ਸਾਨੂੰ ਚਲੋ ਐ ਤੇ ਹੋ ਗਿਆ ਜਦੋਂ ਤੁਹਾਨੂੰ ਹੁੰਦਾ ਘਬਰਾ ਜਦੋਂ ਨਹੀਂ ਹੁੰਦਾ ਉਦੋਂ ਕੋਈ ਘਬਰਾ ਨਹੀਂ ਠੀਕ ਹੋ ਜਾਏ ਸਭ ਕੁਝ ਠੀਕ ਹੋ ਜਾਏਗਾ ਇਨਸ਼ਾਅੱਲਾ ਅਗਰ ਉਹ ਹੋਰ ਮਹਿੰਗਾਈ ਮਜ਼ੀਦ ਕਰ ਦਿੰਦੇ ਫੇਰ ਕੋਈ ਗੱਲ ਨਹੀਂ ਹਾਂ ਭਾਈ ਜਾਨ ਇਨਸ਼ਾਅੱਲਾ ਅੱਲਾ ਹੀ ਆਇਆ ਇਹਨਾਂ ਨੂੰ ਕੋਈ ਤਾਇਦ ਦੇਵੇ ਠੀਕ ਹੋ ਜਾਣ ਬਸ ਇਹੀ ਦੁਆ ਮੰਗਨੇ ਆ ਅੱਛਾ ਜੀ ਅਗਰ ਉਹ ਹੋਰ ਮਹਿੰਗਾਈ ਕਰ ਦਿੰਦੇ ਫੇਰ ਤੇ ਭਾਈ ਜਾਨ ਗਰੀਬ ਬੰਦਾ ਮਜ਼ਦੂਰ ਬੰਦਾ ਮਰ ਗਿਆ ਤੇ ਹੁਣ ਜਿਹੀ ਮਹਿੰਗਾਈ ਕੀਤੀ ਉਹ ਸਹੀ ਹੈ ਕਿ ਨਹੀਂ ਨਹੀਂ ਉਹ ਨਹੀਂ ਸਹੀ ਉਹ ਵੀ ਨਹੀਂ ਸਹੀ ਹੈ ਬਿਜਲੀ ਲਾਈਟ ਸ਼ਾਟ ਕੋ ਨਹੀਂ ਜਾਂਦੀ ਖੁਸ਼ਹਾਲ ਹਾਂ ਸੀ ਕੋ ਨਹੀਂ ਇਨਸ਼ਾਅੱਲਾ ਅੱਲਾ ਦੇ ਫਜ਼ਲ ਕਰਮ ਨਾਲ ਸਭ ਕੁਝ ਠੀਕ ਹੋ ਜਾਏਗਾ ਇਹ ਯੋਰ ਲਾਣ ਪੇ ਜਿੰਨਾ ਲਾਣਾ ਨੂਨ ਲੀਗ ਵਾਲੇ ਕੋ ਨਹੀਂ ਖੈਰ ਸਲ ਸੱਤੇ ਖੈਰਾਂ ਨੇ ਸਾਡੀਆਂ ਦੋਵਾਂ ਇਮਰਾਨ ਦੇ ਨਾਲ ਨੇ ਇਨਸ਼ਾਅੱਲਾ ਅੱਲਾ ਦੇ ਫਜ਼ਲ ਕਰਮ ਨਾਲ ਠੀਕ ਹੋ ਜਾਏਗਾ ਤੇ ਲੋਕਾਂ ਦੀਆਂ ਗੱਲਾਂ ਨਾ ਮੈਂ ਸੁਣੋ ਹਲਾ ਮੈਂ ਕਹਣਾ ਗੱਲਾਂ ਅੱਛਾ ਗੱਲਾਂ ਵਿੱਚ ਅੱਗੇ ਬੜੀਆਂ ਕੀਤੀਆਂ ਨੇ ਪੇਟ ਨਹੀਂ ਭਰਨਾ ਆਉਂਦਾ ਉਸ ਦਿਨ 'ਚ ਜਿਉਂ ਜਿਵੇਂ ਉਹ ਕਰੀ ਰਹੀਆਂ ਨੇ ਅਗਰ ਇਹ ਦੌਲਤ ਦਾ ਪੁਜਾਰੀ ਹੁੰਦਾ ਇਮਰਾਨ ਹਾਂ ਤਾਂ ਜਿੰਨੀ ਕਿ ਉਹਨੂੰ ਆਪਣਾ ਜਾਨ ਗੋਲਸਮੇ ਸਹੁਰੇ ਕੋਲ ਰਕਮ ਵੀ ਮਿਲਦੀ ਸੀ ਇਹਨੂੰ ਜ਼ਿੰਦਗੀ ਇਹਨੂੰ ਸਿਆਸੀ ਜਾਣ ਦੀ ਲੋੜ ਕਾਹਦੀ ਸੀ ਇਹਨੇ ਆਖਿਆ ਮੈਨੂੰ ਨਹੀਂ ਚਾਹੀਦੇ ਪੈਸੇ
ਜੱਜ ਵੀ ਕਿਹਾ ਕਿ ਐਡਾ ਅੱਛਾ ਜਿਹੜਾ ਖਾਵਾਂ ਜੇ ਅਜਮਾਇਮਾ ਕਿਉਂ ਛਾਣੀ, ਉਹਨੇ ਆਖਿਆ ਮੁਲਕੀ ਸਿਆਸਤ ਵਾਸਤੇ ਪਿਆ ਇਸ ਤਰ੍ਹਾਂ ਕਰਦਾ, ਇਹਨੇ ਨਹੀਂ ਮੇਰੇ ਕੋਲ ਰਹਿਣਾ। ਅਤੇ ਉਹਨੇ ਔਲਾਦ ਵੀ ਠੁਕਰਾ ਛੱਡੀ। ਬਾਕੀ ਜਿਸ ਤੱਕ ਗੱਲ ਇੱਕ ਉਹ ਹੈ ਵੇ, ਇਹ ਬਾਕੀ ਸੋਹਣਾ ਖੂਬਸੂਰਤ ਹੈ, ਇਹ ਯੂਨਾਨੀ ਦੇਵਤੇ ਅੰਗਰ ਕੁੜੀਆਂ ਇਹਦੇ ਪਿੱਛੇ ਲੱਗਦੀਆਂ ਨੇ, ਉਹ ਹੈ, ਇਸ ਤਰ੍ਹਾਂ ਹੋਰ ਕੋਈ ਗੱਲ ਨਹੀਂ। ਇਹ ਇੱਕ ਨੇਚਰ ਹੈ ਔਰ ਖੂਬਸੂਰਤ ਪਿੱਛੇ ਲੱਗਦੀ ਹੈ, ਇਹ ਕੋਈ ਗੱਲ ਕੋਈ ਨਹੀਂ। ਬਾਕੀ ਠੀਕ ਆਦਮੀ ਹੈ, ਕੋਈ ਅਚੈਬ ਕੋਈ ਨਹੀਂ, ਅੱਛਾ ਰਹੇਗਾ। ਤੁਸੀਂ ਕੋਈ ਨਾ ਘਬਰਾਓ, 30 ਸਾਲ ਉਹਨਾਂ ਦੀ ਹਕੂਮਤਾਂ 'ਚ ਵੇਖੀਆਂ ਨੇ, ਜ਼ਰਦਾਰੀ ਅਤੇ ਨਵਾਬ ਮੁਸ਼ਰਫ ਦੀ, ਇਹਦੀ ਵੀ 2 ਸਾਲ ਵੇਖੋ, ਕੁਝ ਨਹੀਂ ਹੁੰਦਾ। ਪਤਾ ਨਹੀਂ ਰੋਜ਼ੇ ਰੱਖ ਲਿਆ ਭੁੱਖੇ ਮਾਨੇ, ਫਿਰ ਬਾਅਦ 'ਚ ਅੱਲਾ ਤਾਲਾ ਈਦ ਵਖਾਉਂਦਾ। ਇਹ ਵੀ ਤੁਹਾਨੂੰ ਅੱਲਾ ਕੀਤਾ, ਅਤੇ ਥੋੜ੍ਹੇ ਅਰਸਾ ਤੋਂ ਬਾਅਦ 2 ਸਾਲਾਂ ਬਾਅਦ ਤੁਹਾਨੂੰ ਅੱਲਾ ਖੁਸ਼ਹਾਲੀ ਦੇਵੇਗਾ।